ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ, ਸੋਟੀ ਸੋਟੀ ਬਣਾਈ ਦਾ। ਇਹ ਇਸਦੀ ਸਿੱਧੀ ਸਾਈਡ ਆ, ਇਹ ਵਾਲੀ ਉਲਟੀ ਸਾਈਡ ਆ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ, ਕੋਈ ਵੀ ਐਕਸਟਰਾ ਕੁੰਡਾ ਨਹੀਂ ਚਾਹੀਦਾ। ਇਹ ਦੇਖੋ, ਬਾਰਡਰ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਪਹਿਲੀ ਸਿਲਾਈ ਉਰੋਂ ਬਣਾਈ, ਉਹੀ ਪਹਿਲੀ ਸਿਲਾਈ ਮੈਂ ਤੁਹਾਨੂੰ ਇੱਥੋਂ ਬਣਾਉਣੀ ਦੱਸੂੰਗੀ। ਇਹ ਡਿਜ਼ਾਇਨ ਉਲਟੀ ਸਾਈਡ ਤੋਂ ਬਣਨਾ ਸ਼ੁਰੂ ਹੁੰਦਾ ਹੈ। ਇਹ ਸਿੱਧੀ ਸਾਈਡ ਆ, ਇਹ ਵਾਲੀ ਉਲਟੀ ਸਾਈਡ ਆ। ਪਹਿਲੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰਾਂਗੇ, ਦੋ ਕੁੰਡੇ ਉਲਟੇ ਬਣਾਂਗੇ, ਇੱਕ ਦੋ। ਇਹ ਦੋ ਕੁੰਡਿਆਂ ਨੂੰ ਇਕੱਠਾ ਇਸ ਤਰ੍ਹਾਂ ਉਲਟਾ ਬਣਾਂਗੇ, ਇਹਨਾਂ ਨੂੰ ਸਿਲਾਈ ਉੱਪਰੋਂ ਨਹੀਂ ਉਤਾਰਾਂਗੇ ਅਤੇ ਇਹ ਕੁੰਡਾ ਲੂਜ ਰੱਖਾਂਗੇ, ਧਾਗਾ ਦੂਸਰੀ ਸਾਈਡ ਲੈ ਕੇ ਜਾਵਾਂਗੇ। ਇੱਕ ਕੁੰਡਾ ਉਲਟਾ ਬਣਾ ਲਿਆ ਇਹਨਾਂ ਤੋਂ, ਅਤੇ ਇੱਕ ਇਸ ਤਰ੍ਹਾਂ ਸਿੱਧਾ ਬਣਾਵਾਂਗੇ। ਦੋ ਕੁੰਡੇ ਹੋ ਗਏ, ਇਹਨਾਂ ਨੂੰ ਨਹੀਂ ਦੂਸਰੀ ਵਾਰ ਵੀ ਨਹੀਂ ਉਤਾਰਾਂਗੇ, ਧਾਗਾ ਆਪਣੇ ਵੱਲ ਲੈ ਕੇ ਆਵਾਂਗੇ। ਤੀਸਰੀ ਵਾਰ ਫਿਰ ਉਲਟਾ ਬਣਾਵਾਂਗੇ, ਯਾਨੀ ਕਿ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਇਹ ਚਾਰ ਪਹਿਲੇ ਕੁੰਡੇ ਨੂੰ ਛੱਡ ਕੇ ਚਾਰ ਕੁੰਡਿਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਵਾਂਗੇ। ਦੋ ਕੁੰਡੇ ਉਲਟੇ, ਇੱਕ ਦੋ, ਇਹ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ, ਇੱਕ ਧਾਗਾ ਦੂਸਰੀ ਸਾਈਡ, ਦੋ ਧਾਗਾ ਆਪਣੀ ਸਾਈਡ, ਤਿੰਨ। ਦੋ ਕੁੰਡੇ ਉਲਟੇ, ਇੱਕ ਦੋ, ਇਹ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ, ਇੱਕ ਧਾਗਾ ਦੂਸਰੀ ਸਾਈਡ, ਦੋ ਧਾਗਾ ਆਪਣੀ ਸਾਈਡ, ਤਿੰਨ। ਇਹਨਾਂ ਨੂੰ ਉਤਾਰ ਦੇਵਾਂਗੇ ਸਿਲਾਈ 'ਚੋਂ। ਦੋ ਕੁੰਡੇ ਉਲਟੇ, ਇੱਕ ਦੋ, ਇਹ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ, ਇੱਕ ਧਾਗਾ ਦੂਸਰੀ ਸਾਈਡ, ਦੋ ਧਾਗਾ ਆਪਣੀ ਸਾਈਡ, ਤਿੰਨ। ਦੋ ਕੁੰਡੇ ਉਲਟੇ, ਇੱਕ ਦੋ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ, ਇੱਕ ਧਾਗਾ ਦੂਸਰੀ ਸਾਈਡ, ਦੋ ਧਾਗਾ ਆਪਣੀ ਸਾਈਡ, ਤਿੰਨ। ਦੋ ਕੁੰਡੇ ਉਲਟੇ, ਇੱਕ ਦੋ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ, ਇੱਕ ਧਾਗਾ ਦੂਸਰੀ ਸਾਈਡ, ਦੋ ਧਾਗਾ ਆਪਣੀ ਸਾਈਡ, ਤਿੰਨ। ਦੋ ਕੁੰਡੇ ਉਲਟੇ ਅਤੇ ਲਾਸਟ ਦਾ ਕੁੰਡਾ ਵੀ ਉਲਟਾ। ਪਹਿਲੀ ਸਿਲਾਈ ਉਲਟੀ ਸਾਈਡ ਤੋਂ ਕੰਪਲੀਟ ਹੋਈ, ਦੂਸਰੀ ਸਿਲਾਈ ਸਿੱਧੀ ਸਾਈਡ। ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰ ਲਵਾਂਗੇ, ਜਿਹੜੇ ਦੋ ਕੁੰਡੇ ਇੱਧਰੋਂ ਉਲਟੇ ਬਣਾਏ ਸੀ ਉਹਨਾਂ ਦੋਨੋਂ ਸਿੱਧਾ ਬਣਾਵਾਂਗੇ, ਇੱਕ ਦੋ। ਜਿਹੜੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਏ ਸੀ, ਯਾਨੀ ਕਿ ਕੁੰਡਾ ਵਧਿਆ ਸੀ, ਇਹ ਜਿਹੜਾ ਦੇਖੋ, ਇੱਕ ਦੋ ਤਿੰਨ, ਜਿਹੜਾ ਤੀਸਰਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਉਲਟਾ ਕੇ ਬਿਨ ਬੁਣੇ ਇਸ ਲਾਈਟ ਲੈ ਲਾਂਗੇ, ਬੈਕ ਸਾਈਡ 'ਤੇ ਦੋ ਕੁੰਡਿਆਂ ਦਾ ਇਹ ਕੁੰਡਾ ਕਰ ਦਾਂਗੇ। ਦੇਖੋ, ਜਿਹੜੇ ਦੋ ਕੁੰਡਿਆਂ ਤੋਂ ਆਪਾਂ ਨੇ ਤਿੰਨ ਕੁੰਡੇ ਬਣਾਏ ਸੀ, ਹੁਣ ਤਿੰਨ ਕੁੰਡਿਆਂ ਤੋਂ ਦੋ ਕੁੰਡੇ ਬਣਾ ਲਏ। ਪਹਿਲੇ ਕੁੰਡੇ ਨੂੰ ਛੱਡ ਕੇ ਇਹ ਚਾਰ ਕੁੰਡੀ ਵਾਰ ਵਾਰ ਰਿਪੀਟ ਕਰਾਂਗੇ, ਦੋ ਕੁੰਡੇ ਸਿੱਧੇ, ਇਹ ਤੀਸਰੇ ਕੁੰਡੇ ਨੂੰ ਦੋ ਕੁੰਡੇ ਉੱਪਰ ਦੀ ਇਸ ਤਰ੍ਹਾਂ ਉਲਟਾ ਲਾਂਗੇ, ਬੈਕ ਸਾਈਡ 'ਤੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ। ਦੋ ਕੁੰਡੇ ਸਿੱਧੇ, ਇਹ ਤੀਸਰੇ ਕੁੰਡੇ ਨੂੰ ਇਹ ਦੋ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਉਲਟਾ ਲਾਂਗੇ, ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਦੋ ਕੁੰਡੇ ਸਿੱਧੇ। ਤੀਸਰੇ ਕੁੰਡੇ ਨੂੰ ਇਹ ਦੋ ਕੁੰਡਿਆਂ ਦੇ ਉੱਪਰ ਦੀ ਉਲਟਾ ਲਾਂਗੇ, ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਦੋ ਕੁੰਡੇ ਸਿੱਧੇ। ਤੀਸਰੇ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਉਲਟਾ ਲਾਂਗੇ, ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਦੋ ਕੁੰਡੇ ਸਿੱਧੇ। ਤੀਸਰੇ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਉਲਟਾ ਲਾਂਗੇ, ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਦੇ ਤਿੰਨ ਕੁੰਡੇ ਸਿੱਧੇ। ਦੂਸਰੀ ਸਿਲਾਈ ਕੰਪਲੀਟ ਹੋਈ, ਤੀਸਰੀ ਸਿਲਾਈ ਉਲਟੀ ਸਾਈਡ। ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰਾਂਗੇ। ਪਹਿਲੀ ਸਿਲਾਈ ਦੇ ਵਿੱਚ ਇਹ ਦੋ ਕੁੰਡੇ ਆਪਾਂ ਨੇ ਉਲਟੇ ਬੁਣੇ ਸੀ, ਇਸ ਵਾਰ ਇਹ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ, ਇੱਕ ਧਾਗ ਇਹਨਾਂ ਨੂੰ ਉਤਾਰਾਂਗੇ ਨਹੀਂ, ਧਾਗਾ ਦੂਸਰੀ ਸਾਈਡ, ਦੂਸਰਾ ਕੁੰਡਾ ਸਿੱਧਾ ਬਣਾਂਗੇ, ਧਾਗਾ ਆਪਣੀ ਸਾਈਡ, ਤੀਸਰਾ ਕੁੰਡਾ ਉਲਟਾ ਬਣਾਂਗੇ, ਦੋ ਕੁੰਡੇ ਉਲਟੇ, ਇੱਕ ਦੋ।
पहले कुंडे नूं छड्ड के चार कुंडे नूं बार बार रिपीट करांगे। दो कुंडे तो तीन कुंडे बनावांगे, एक दो तीन, दो कुंडे उल्टे, एक दो, दो कुंडे तो तीन कुंडे बनावांगे, एक दो तीन, दो कुंडे उल्टे, एक दो, दो कुंडे तो तीन कुंडे बनावांगे, एक दो तीन। इस तरह ही करते हुए पूरी सिलाई बुन के कंप्लीट कर लेने हैं। लास्ट बिच जो तीन कुंडे बचे ने दो कुंडे के डिजाइन बनावेंगे, फिर लास्ट वाला कुंडा उल्टा बनवा। चौथी सिलाई सीधी सैर, पहला कुंडा इस तरह ही उतारांगे। ये देखो जोड़ा एक दो तीन, जोड़ा तीसरा कुंडा इन्हें दो कुंडे के उपर द इस तरह उल्टा लवेंगे। बैक साइड तो दो कुंडे का एक कुंडा करांगे, दो कुंडे पहले कुंडे छड के चार कुंडे बार बार रिपीट करांगे। तीसरे कुंडे दो कुंडे के उपर दे उल्टा आवेंगे, बैक साइड तो दो कुंडे का एक कुंडा करांगे, दो कुंडे सीधे। तीसरे कुंडे दो कुंडे के उपर दे उल्टा लांगे, बैक साइड तो दो कुंडे का एक कुंडा करांगे, दो कुंडे सीधे। तीसरे कुंडे दो कुंडे उपर दी उल्टा लांगे, बैक साइड तो दो कुंडे का एक कुंडा करांगे, दो कुंडे सीधे। तीसरे कुंडे इस तरह उल्टा लांगे दो कुंडे उपर दी, बैक साइड तो दो कुंडे का एक कुंडा करांगे, दो कुंडे सीधे। तीसरे कुंडे दो कुंडे उपर दी उल्टा लांगे, बैक साइड तो दो कुंडे का एक कुंडा करांगे, दो कुंडे सीधे। तीसरे कुंडे दो कुंडे के उपर दी उल्टा लांगे, बैक साइड तो दो कुंडे का एक कुंडा करांगे, तो लास्ट का कुंडा सीधा। ये चार कुंडे ये चार सिलाइयों बार बार रिपीट करते जाओ, तो किसान का डिजाइन तैयार करते जाओ। वीडियो लाइक शेयर और चैनल सब्सक्राइब जरूर करो जी। थैंक यू।